ਹਾਂਜੀ ਭੈਣ ਜੀ, ਇਹ ਕੀ ਕਹਿਣਾ ਚਾਹੁੰਦੇ ਹੋ? ਜਿਹੜਾ ਤੁਹਾਨੂੰ ਕੋਈ ਕਿਸ਼ਤ ਵਗੈਰਾ ਨਹੀਂ ਮਿਲੀ ਸਰਕਾਰ ਵੱਲੋਂ? ਕਿਸ਼ਤ ਵਗੈਰਾ ਭਾਈ ਜੀ ਸਾਨੂੰ ਇਹ ਚਾਹੀਦਾ ਵੀ ਸਾਡੀ ਕਰਜ਼ਾ ਚੁੱਕ ਕੇ ਨੀਆਂ ਭਰ ਚੁੱਕੇ ਹਾਂ, ਪਰ ਸਾਨੂੰ ਕੁਛ ਮਿਲ ਨਹੀਂ ਰਿਹਾ ਗਾ। ਨਿੱਕੇ ਨਿੱਕੇ ਬੱਚੇ ਨੇ ਤੰਬੂਆਂ ਦੇ ਵਿੱਚ ਬਾ ਦਿੱਤਾ ਸਾਨੂੰ। ਸਾਡੇ ਜੋ ਵੀ ਸਾਡੀ ਆਸ ਮੁਰਾਦ ਸਾਡੀ ਪੂਰੀ ਕੀਤੀ ਜਾਵੇ, ਸਾਨੂੰ ਜੋ ਵੀ ਸਾਡੇ ਨਾਲ ਵਾਅਦਾ ਹੋਇਆ ਸੀ ਸਾਡਾ ਕੋਈ ਵਾਅਦਾ ਨਹੀਂ ਪੂਰਾ ਆ। ਉਦੋਂ ਕਹਿ ਦਿੰਦੇ ਨੇ ਸਾਡੀ ਭੈਣ ਵੀ ਆ ਗਈ ਹੈ, ਸਾਡਾ ਭਰਾ ਵੀ ਆ ਗਿਆ ਵੋਟਾਂ ਲੈਣ ਦੇ ਬਾਰੇ, ਹੁਣ ਵੋਟਾਂ ਲੈ ਚੁੱਕੇ ਨੇ, ਜਿੱਤ ਗਏ ਨੇ, ਪਰ ਸਾਨੂੰ ਕਿਸੇ ਨੇ ਕੁਛ ਨਹੀਂ ਪੁੱਛਿਆ ਆ ਕੇ। ਸਾਡੇ ਨਿੱਕੇ ਨਿੱਕੇ ਬੱਚੇ ਨੇ ਸਾਨੂੰ ਹੁਣ ਇਹ ਪੁੱਛਦੇ ਨੇ, ਕਹਿੰਦੇ ਨੇ ਜੇ ਜਾਂਦੇ ਕਹਿੰਦੇ ਰਜਿਸਟਰੀਆਂ ਲਿਆਓ, ਰਜਿਸਟਰੀਆਂ ਅਸੀਂ ਕਿੱਥੋਂ ਦੇਈਏ, ਸਾਡੇ ਕੋਲ ਨਹੀਂ ਹੈਗੀਆਂ ਰਜਿਸਟਰੀਆਂ ਤੇ ਨਾ ਇੰਨੀ ਜੋਗੇ ਹੈਗੇ। ਜੇ ਸਾਡੇ ਕੋਲ ਕੁਛ ਹੋਵੇ ਤੇ ਅਸੀਂ ਆਪਦੇ ਪਾ ਕੇ ਬਹੀਏ, ਫਿਰ ਇਹਨਾਂ ਦੀ ਸਰਕਾਰ ਦੀ ਮਿੰਨਤ ਥੋੜ੍ਹਾ ਅਸੀਂ ਕੋਈ ਕਰਨੀ ਸੀ। ਹੁਣ ਤੁਹਾਡੀ ਮੰਗ ਕੀ ਹੈਗੀ? ਸਾਡੀ ਮੰਗ ਇਹ ਹੈਗੀ ਹੈ ਵੀ ਸਾਨੂੰ ਜੋ ਸਾਡੀ ਗ੍ਰਾਂਟ ਆਈ ਸਾਨੂੰ ਮਿਲਣੀ ਚਾਹੀਦੀ। ਸਾਡੇ ਬੱਚੇ ਬਿਮਾਰ ਹੋਏ ਪਏ ਨੇ ਠੰਡ ਦੇ ਵਿੱਚ, ਤੰਬੂਆਂ ਦੇ ਵਿੱਚ ਅਸੀਂ ਬੈਠੇ ਹੋਏ ਹਾਂ। ਸੁਖਦੇਵ ਜੀ, ਅੱਛਾ ਕੀ ਕਾਰਨ ਹੈ ਜਿਹੜਾ ਤੁਸੀਂ ਤੰਬੂ ਲਾ ਕੇ ਜਿਹੜੇ ਦਿਨ ਗੁਜ਼ਾਰ ਰਹੇ ਹੋ, ਕੀ ਕਾਰਨ ਕੀ ਹੈਗਾ? ਕਾਰਨ ਇਹ ਜੀ, ਨਗਰ ਪੰਚਾਇਤ ਵੱਲੋਂ ਕਮਰੇ ਆਏ ਸੀ ਅਤੇ ਇਸ ਕਰਕੇ ਜਿਹੜੇ ਜਾਈ ਤੇ ਉਹ ਕਹਿੰਦੇ ਪਹਿਲਾਂ ਜਿਹੜੇ ਕੋਠੇ ਬਣੇ ਤੁਹਾਡੇ ਪਹਿਲਾਂ ਵੀ ਨਹੀਂ ਉਹ ਵੀ ਢਾ ਦਿਓ, ਉਹ ਢਾ ਕੇ ਅਸੀਂ ਹੁਣ ਨੀਆਂ ਦੀਆਂ ਭਰੀਆਂ ਅਤੇ ਅੱਜ ਤੱਕ ਤਾਂ ਕੋਈ ਕਿਸ਼ਤ ਨਹੀਂ ਆਈ ਸਾਡੀ। ਕਿੰਨੀ ਦੇਰ ਹੋ ਗਈ ਰਜਿਸਟਰੀਆਂ ਮੰਗਦੇ ਨੇ ਹੁਣ? ਕਿੰਨੀ ਦੇਰ ਹੋ ਗਈ? 6 ਮਹੀਨੇ। 6 ਮਹੀਨੇ 'ਚ ਤੁਸੀਂ ਐਵੇਂ ਹੀ ਗੁਜ਼ਾਰ ਰਹੇ ਹੋ? ਅਸੀਂ ਐਵੇਂ ਗੁਜ਼ਾਰ ਰਹੇ ਠੰਡ ਦੇ ਵਿੱਚ ਜੀ। ਜੇ ਕਿਸੇ ਕੋਈ ਅਧਿਕਾਰੀ ਨੇ ਆ ਕੇ ਤੁਹਾਨੂੰ ਕੋਈ ਪੁੱਛਿਆ ਦੱਸਿਆ? ਕਿਸੇ ਨੇ ਕੁਛ ਨਹੀਂ ਸਾਨੂੰ ਪੁੱਛਿਆ, ਫੋਟੋਆਂ ਜਿਹੜਾ ਆਉਂਦਾ ਫੋਟੋਆਂ ਖਿੱਚ ਕੇ ਲੈ ਜਾਂਦਾ ਬਸ। ਅੱਛਾ, ਹੁਣ ਤੁਹਾਡੀ ਮੰਗ ਕੀ ਹੈਗੀ? ਮੰਗ ਸਾਡੀ ਕੋਠਾ ਹੀ ਹੈ ਜੀ, ਆ ਵੇਖੋ ਤੰਬੂ ਪਾ ਕੇ ਬੈਠਿਆਂ, ਚਾਦਰਾਂ ਸਾਡੀਆਂ ਲੱਗੀਆਂ ਨੇ, ਇਹ ਹੁਣ ਇਹਨਾਂ ਨੂੰ ਸੋਚਣਾ ਚਾਹੀਦਾ ਵੀ ਜੇ ਮੰਗ ਇਹ ਵੀ ਜਿਹੜਾ ਸਾਡਾ ਕਮਰਾ ਆਇਆ ਉਹ ਸਾਨੂੰ ਦਿੱਤਾ ਜਾਵੇ, ਅਸੀਂ ਆਪਦਾ ਠੰਡ ਤੋਂ ਬਚੀਏ। ਮੰਗਲ ਹੈ ਜੀ। ਅੱਛਾ, ਇਹ ਜਿਹੜਾ ਤੁਸੀਂ ਆ ਜਿਹੜਾ ਘਰ ਹੈ ਤੁਹਾਡਾ, ਤੁਸੀਂ ਢਾ ਕੇ ਇੱਕ ਤਰਪੈਲ ਨਾਲ ਜਿਹੜਾ ਸਰਦੀ ਦੇ ਦਿਨ ਕੱਟ ਰਹੇ ਹੋ, ਕੀ ਕਾਰਨ ਕੀ ਹੈਗਾ? ਇਹ ਜੀ, ਪ੍ਰਧਾਨ ਮੰਤਰੀ ਯੋਜਨਾ ਵਿੱਚ ਜਿਹੜੇ ਕਮਰੇ ਆਏ ਸੀ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਸਾਨੂੰ ਦੱਸਿਆ ਉਸ ਟਾਈਮ, ਅਸੀਂ ਉੱਥੇ ਪਹੁੰਚੇ, ਉਹਨਾਂ ਸਾਨੂੰ ਇਹ ਕਿਹਾ ਤੁਸੀਂ ਨੀਆਂ ਪਹਿਲਾਂ ਭਰੋ ਫਿਰ ਤੁਹਾਡੇ ਚੈੱਕ ਪਾਸ ਹੋਣਗੇ। ਸਾਨੂੰ 4-4, 5-5 ਮਹੀਨੇ ਹੋ ਗਏ ਵੈਸੇ ਇਸੇ ਛੱਪਰ ਥੱਲੇ ਬੈਠੇ ਹਾਂ, ਸਾਡੀ ਕੋਈ ਸੁਣਵਾਈ ਨਹੀਂ ਹੋਈ। ਅੱਛਾ, ਇਹ ਜਿਹੜਾ ਤੁਹਾਨੂੰ ਕੋਈ ਵੀ ਕਿਸ਼ਤ ਨਹੀਂ ਜਾਰੀ ਕੀਤੀ? ਨਹੀਂ, ਸਾਨੂੰ ਇੱਕ ਕਿਸ਼ਤ ਵੀ ਨਹੀਂ ਮਿਲੀ ਜੀ। ਉਹਨਾਂ ਦੇ ਕਹਿਣ ਤੇ ਪਹਿਲਾਂ ਤੁਸੀਂ ਘਰ ਢਵਾ ਤੇ ਬਾਅਦ 'ਚ ਢਵਾ ਤੇ ਚਾਹੀਦੇ 40-40, 50-50 ਹਜ਼ਾਰ ਰੁਪਇਆ ਨੀਆਂ ਦੇ ਖਰਚਾ ਵੀ ਕਰਜ਼ਾ ਸਿਰ 'ਤੇ ਚੜਾ ਕੇ ਬੈਠੇ ਹੋਏ। ਅਤੇ ਹੁਣ ਕੀ ਕਹਿੰਦੇ, ਕੀ ਕਰਮਚਾਰੀ ਕੀ ਕਹਿੰਦੇ? ਉਹ ਅਜੇ ਵੀ ਕਹਿੰਦੇ ਆ ਖੜ ਜੋ ਲੈਣੇ ਆਉਣੇ ਆ ਕਿ ਫਿਰ ਕਰਨੇ ਆ, ਰਜਿਸਟਰੀਆਂ ਲਿਆਓ ਜੀ। ਅੱਛਾ, ਕਿਉਂ ਫਿਲਹਾਲ ਤਾਂ ਜਿਹੜੀ ਰਜਿਸਟਰੀ ਲਾਲ ਲਕੀਰ ਦੇ ਅੰਦਰ ਤਾਂ ਕਿਸੇ ਦੀ ਹੁੰਦੀ ਨਹੀਂ? ਹਾਂਜੀ। ਅਤੇ ਇਹ ਉਹ ਇੱਕ ਦਿਨ ਤਾਂ ਲਾਡੀ ਗੇਰੀ ਵੀ ਕਹਿ ਰਹੇ ਸੀਗੇ ਉੱਥੇ ਵੀ ਤੁਸੀਂ ਜੀ ਤੁਹਾਡਾ MC ਪਾਸ ਕਰਕੇ ਇੱਕ ਐਫੀਡੇਵਿਟ ਦਿਓਗਾ ਅਤੇ ਅਸੀਂ ਤੁਹਾਡੀ ਕਿਸ਼ਤਾਂ ਪਾ ਦਾਂਗੇ। ਹਾਂਜੀ, ਉਹ ਦੇ ਚੁੱਕੇ ਹਾਂ ਜੀ, ਐਫੀਡੇਵਿਟ ਵੀ ਦੇ ਚੁੱਕੇ ਹਾਂ। ਫਿਰ ਵੀ ਹਾਲੇ ਤੱਕ ਕੋਈ ਕਿਸ਼ਤ, ਕੋਈ ਮਸਲਾ ਨਹੀਂ ਹੋਇਆ, ਸਾਡੀ ਗਲੀ ਦੇ ਵਿੱਚ ਸਾਡੀ ਕੋਈ ਸੁਣਵਾਈ ਨਹੀਂ ਹੋਈ, ਇਹ ਇਕੱਲੇ ਮਕਾਨਾਂ ਦੀ ਨਹੀਂ ਗੱਲ, ਸਾਡੀ 1947 ਤੋਂ ਲੈ ਕੇ ਜਦੋਂ ਦੇਸ਼ ਆਜ਼ਾਦ ਹੋਇਆ ਜੀ ਸਾਡੀ ਗਲੀ ਨੂੰ ਕੋਈ ਸਹੂਲਤ ਨਹੀਂ ਮਿਲੀ ਜੀ। ਹੁਣ ਤੁਹਾਡੀ ਮੰਗ ਕੀ ਹੈ, ਕੀ ਕਹਿਣਾ ਚਾਹੁੰਦੇ? ਹਾਂਜੀ, ਸਾਡੀ ਮੰਗ ਇਹ ਜੀ ਸਾਨੂੰ ਕਿਸ਼ਤਾਂ ਮਿਲ ਜਾਣ, ਮਕਾਨ ਪਾ ਲਈਏ, ਕਿਉਂ ਜੀ ਸਿਰ ਲਗਾਵਾ ਕਰ ਲਈਏ। ਹਾਂ, ਸਾਡਾ ਸਿਰ ਲਗਾ, ਬੱਚੇ ਬਿਮਾਰ ਹੋ ਰਹਿਣਗੇ ਜੀ। ਅਸੀਂ ਵੇਲੇ ਠੰਡ ਦੇ ਵਿੱਚ ਬੈਠੇ ਹੋਏ ਹਾਂ, ਤਰਪੈਲਾਂ 'ਚ ਬੈਠੇ ਹਾਂ, ਅਸੀਂ ਬਹੁਤ ਤੰਗ। ਅਤੇ ਪਵਨ ਕਹਿੰਦਾ ਸੀ ਜੀ ਢਾਓਗੇ ਤਾਂ ਪੈਸੇ ਪਾਉਣੇ ਨੇ। ਪਵਨ ਕੌਣ ਹੈ ਜੀ? ਪਵਨ ਇੱਥੇ ਜੀ ਇੱਥੋਂ ਦਾ ਜੀ, ਕਮੇਟੀ ਘਰ 'ਚ ਆਹੋ। ਉਹ ਆਪਾਂ ਤਾਂ ਕਹਿੰਦਾ ਸੀ ਕਮਰੇ ਢਾਓਗੇ ਤਾਂ ਪੈਸੇ ਪਵਾਵਾਂਗਾ।
ਤੁਹਾਡੇ ਤਾਂ ਪਾਸ ਕਰਾਵਾਂਗਾ। ਇਹ ਪਵਨ ਦੀ ਗੱਲ ਏ। ਕਿੰਨੇ ਪੈਸੇ ਦੀ ਮੰਗ ਕਰਦਾ ਜੀ? ਪੈਸੇ ਨੀ, ਪੈਸੇ ਨੀ, ਮੈਨੂੰ ਗੱਲ ਪੈਸੇ ਨੀ, ਕਮਰਾ ਢਾਉਣ ਦੀ ਗੱਲ ਕਰਦਾ ਬਾਈ। ਕਮਰੇ ਢਾਉਂਗੇ ਤੇ ਪੈਸੇ ਪਾਵਾਂਗਾ, ਨਹੀਂ ਤਾਂ ਪੈਸੇ ਨੀ ਪਾਉਂਦੇ। ਉਹਨਾਂ ਚੁਆਏ ਨੇ ਕਮਰੇ, ਸਾਡੇ ਪਵਨ ਨੇ ਟੁਆਏ ਨੇ ਜੀ। ਸਾਰੀ ਠੰਡ ਦੇ ਵਿੱਚ ਤੁਸੀਂ ਤਰਪਾਲਾਂ ਚ ਕੱਟੀ? ਬਿਲਕੁਲ ਜੀ, ਅਜੇ ਤਰਪਾਲਾਂ ਸਾਨੂੰ ਜਾ ਕੇ ਵੇਖਿਆ ਜਾਏ। ਸਾਡੀ ਮੰਗ ਆਹੀ ਬੁਰੇ ਹਾਲ ਨੇ, ਸਾਡੇ ਗਰੀਬਾਂ ਨੇ ਬਹੁਤ ਤੰਗ ਕੀਤੀ ਖੜੇ ਨੇ। ਕੋਈ ਕਹਿੰਦਾ ਜੀ ਅੱਗੋਂ ਪੈਸੇ ਅੱਜ ਨਹੀਂ ਆਉਣੇ, ਸਿਰ ਨਹੀਂ ਆਇਆ, ਪਰਸੋਂ ਨਹੀਂ ਆਇਆ, ਹਰ ਕੰਮ ਸਾਨੂੰ ਡਾਰੇ ਲਾਈ ਖੜੇ ਨੇ ਗਰੀਬਾਂ ਨੇ। ਸਾਡੀ ਬੁਰੀ ਹਾਲਤ ਕੀਤੀ ਖੜੇ ਨੇ। ਬਿਲਕੁਲ ਅਸੀਂ ਅਸੀਂ ਇਹ ਚਾਹੁੰਦੇ ਵੀ ਅਸੀਂ ਅਸੀਂ ਆਉਣੇ ਵੀ ਸਾਡਾ ਕਿਉਂ ਨਹੀਂ, ਸਾਡੇ ਰੇਟ ਦਿੰਦੇ, ਸਾਨੂੰ ਮੁਲਕ ਕਿਉਂ ਨਹੀਂ ਦਿੰਦੇ? ਪਹਿਲੀ ਸ਼ਿਫਟ 2,35,00,000। ਹਾਂ ਅੱਛਾ ਜੀ, ਜਿਹੜੀ ਪਹਿਲੀ ਸ਼ਿਫਟ ਆਈ ਨਾ 50,000 ਦੀ, 2,35,00,000 ਸੈਂਟਰ ਸਰਕਾਰ ਨੇ ਭੇਜਿਆ। ਉਹਦੇ 'ਚ ਕਿੰਨੇ ਲੋਕਾਂ ਨੂੰ ਮਿਲੇ ਪੈਸੇ? ਉਹਦੇ ਵਿੱਚੋਂ 17 ਨੂੰ ਮਿਲੇ। ਬਾਕੀ ਕਿੰਨੇ ਬੰਦੇ ਰਹਿੰਦੇ ਆ ਜੀ? ਬਾਕੀ 562 ਕੁੱਲ ਮਕਾਨ, ਜਿਨ੍ਹਾਂ ਦੇ ਵਿੱਚ ਉਹਨਾਂ ਸਾਰੇ ਲੋਕਾਂ ਨੇ ਘਰ ਆਪਣੇ ਢਾ ਕੇ ਤਰਪਾਲਾਂ 'ਚ ਬੈਠੇ ਸਰ? ਹਾਂਜੀ ਹਾਂਜੀ ਹਾਂਜੀ। ਇਹ ਜੀ ਜਿਹੜਾ ਇਹ ਬੁੱਢਾ ਕੰਪਨੀ ਦਾ ਜੀ ਹੈ ਨਾ, ਪਵਨ ਕੁਮਾਰ, ਇਹ ਕਹਿੰਦਾ ਜਿੰਨਾ ਚਿਕਰ ਨੀਹਾਂ ਨਾ ਕੱਢੋ ਤੁਹਾਨੂੰ ਮੈਂ ਪੈਸੇ ਨਹੀਂ। ਹਾਂ ਪਵਨ ਕਹਿੰਦਾ ਪਾਏ ਮਕਾਨ ਪਾਏ ਜੀ, ਸਾਰੀਆਂ ਗਰਮੀਆਂ ਮੀਂਹ ਕੱਢੇ ਨੇ ਲੋਕਾਂ ਨੇ, ਦੁਖੀ ਹੋਇਆ, ਹੁਣ ਸਾਰੀ ਠੰਡ 'ਚ ਗਈ, ਕਿਰਾਇਆਂ 'ਤੇ ਬੈਠੇ। ਅੱਛਾ, ਇਹਨਾਂ ਜਿਹੜੇ 571 ਲੋਕਾਂ ਨੂੰ, ਬਾਕੀ ਦੇ ਲੋਕਾਂ ਨੂੰ ਇੱਕ ਵੀ ਕਿਸ਼ਤ ਨਹੀਂ ਦਿੱਤੀ? ਇਹ ਪਹਿਲੀ ਕਿਸ਼ਤ 50,000 ਕਹੀ ਪੰਜਾਂ ਨੇ, ਅਤੇ ਬਾਕੀ ਕਿਸ਼ਤਾਂ ਕੋਈ ਨਹੀਂ। ਜਿਹੜਾ ਹੁਣ ਮੋਦੀ ਸਾਹਿਬ ਆਇਆ ਹੈ, ਉਹਨੇ ਕਿਹਾ ਮੈਂ ਦੂਜੀ ਕਿਸ਼ਤ ਵੀ ਪਾ ਦਿੰਦਾ 15 ਤਰੀਕ ਪਹਿਲਾਂ ਪਹਿਲਾਂ ਕਿਰਦਾਰ। ਠੀਕ, ਸੈਂਟਰ ਦਾ ਕਹਿ ਰਹੀ ਰਾਤ ਦੇ ਸਾਡੇ ਦਿੱਲੀ ਮੁੰਡੇ ਕਹਿ ਰਹੇ, ਉਹ ਮੋਦੀ ਦੇ ਦਫ਼ਤਰ ਹੋ ਗਿਆ ਇਹਨੇ, ਉਹਨਾਂ ਆਖਿਆ ਵੀ ਅਸੀਂ ਪੈਸਾ ਭੇਜੀ ਜਾਂਦੇ ਕਿਉਂ ਨਹੀਂ ਪਾ ਰਹੇ। ਜਿਹੜੀ ਇਹ ਸਰਕਾਰ ਦੀ ਮੰਗ ਸੀ ਨਾ, ਰਜਿਸਟਰੀਆਂ ਦੀ ਕੋਈ ਮੰਗ ਨਹੀਂ। ਪਹਿਲੇ ਜਦੋਂ ਅਕਾਲੀ ਸਰਕਾਰ ਨੇ ਮਕਾਨ ਸਾਡੇ ਪਾਸ ਕਰਾਏ 400-562, ਉਹਨਾਂ ਦੀ ਸ਼ਰਤ ਇਹ ਰੱਖੀ ਕਿ ਬਿਜਲੀ ਦਾ ਬਿੱਲ ਜਾਂ ਟੂਟੀ ਦਾ ਬਿੱਲ ਲਾਇਆ ਜਾਏ। ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ 4 ਸਾਲਾਂ ਬਾਅਦ ਇਲੈਕਸ਼ਨ ਜਿਹੜਾ ਹੁਣ ਹੋਇਆ, ਜਿਹਦੇ ਕਾਂਗਰਸ ਸਰਕਾਰ ਬਣੀ, ਉਹਦੇ ਵਿੱਚ ਪੈਸਾ ਆ ਗਿਆ 2,35,00,000, 50,000 ਹਰ ਘਰ 'ਚ ਪਾਓ। ਇਹ ਪਵਨ ਕੁਮਾਰ ਜੋ ਆਇਆ ਹੈ ਜੇਈ ਸਾਹਿਬ ਬੁੱਢਾ ਕੰਪਨੀ ਦਾ, ਇਹਦਾ ਵੀ ਨੀਹਾਂ ਕੱਢੋ, ਮਕਾਨ ਢਾਹ ਕੇ ਨੀਹਾਂ ਕਰਕੇ ਲੋਕ ਦੁਖੀ ਹੋਏ ਬੈਠੇ ਨੇ। ਕੋਈ ਤਰਪਾਲਾਂ 'ਤੇ ਬੈਠਾ, ਕੋਈ ਕਿਰਾਏ 'ਤੇ ਬੈਠਾ ਹੈ, ਸਾਰੀਆਂ ਗਰਮੀਆਂ 'ਚ ਮੀਂਹ ਵਸਾਏ ਦੇ ਉੱਤੇ, ਹੁਣ ਠੰਡ 'ਚ ਬੈਠਾ, ਕੋਈ ਬੂਹਾ ਨਹੀਂ, ਕੋਈ ਬਾਰੀ ਨਹੀਂ। ਇਹ ਪੈਸਾ ਜਿਹੜੇ 15 ਤਰੀਕ ਦੀ ਉਹ ਵੀ ਨਹੀਂ ਆ, ਉਹ ਤਾਂ ਵੇਖੋ ਜੀ। ਦਇਆਵਾਨ ਸਵਾਮੀ ਵਾਲਮੀਕਿ ਮਹਾਰਾਜ ਕੀ ਜੈ। ਸੋ ਗੁਰੂ ਰੂਪ ਗੁਰੂ ਪਿਆਰੀ ਸਤਸੰਗਤ ਜੀਓ, ਜੋ ਅੱਜ ਮੰਦੋਹਟ ਨਗਰ ਪਾਲਿਕਾ ਦੇ ਪੰਚਾਇਤ ਘਰ ਦੇ ਰੋਸ ਦੇ ਵਿੱਚ ਜੋ ਸੰਗਤਾਂ ਅੱਜ ਰੋਸ ਮੁਜ਼ਾਹਰਾ ਕੀਤਾ ਹੈ, ਇਸ ਵਿੱਚ ਪ੍ਰਧਾਨ ਮੰਤਰੀ ਨਿਵਾਸ ਯੋਜਨਾ ਤਹਿਤ ਜੋ ਕਮਰੇ ਆਏ ਸਨ, ਉਸ ਦੇ ਪ੍ਰਤੀ ਇਹ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ ਵਿੱਚ ਤਕਰੀਬਨ 7 ਮਹੀਨੇ ਤੋਂ MLA ਲਾਡੀ ਗਹਿਰੀ ਜੀ ਨੇ, ਜਿਹੜਾ ਕਿ ਲੋਕਾਂ ਨੂੰ ਇਹ ਵਾਅਦਾ ਕੀਤਾ ਸੀ ਜੋ ਤੁਹਾਡੇ ਕਮਰੇ ਆਏ ਹਨ ਉਹਨਾਂ ਦੇ ਪੈਸੇ ਆ ਚੁੱਕੇ ਹਨ, ਜੋ ਜਿਸ ਜਿਸ ਦਾ ਵੀ ਕਮਰਾ ਆਇਆ ਉਹ ਆਪਣਾ ਮਕਾਨ ਢਾਹ ਕੇ ਨੀਹਾਂ ਭਰ ਲੈਣ ਤਾਂ ਕਿਸ਼ਤਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ। ਅੱਜ ਤੱਕ ਸਾਧ ਸੰਗਤ ਜੀ 100 ਦੇ ਵਿੱਚੋਂ ਸਿਰਫ ਤਕਰੀਬਨ 10 ਬੰਦਿਆਂ ਦੀਆਂ ਕਿਸ਼ਤਾਂ, ਇੱਕ ਇੱਕ ਪਹਿਲੀ ਕਿਸ਼ਤ 50,000 ਰੁਪਇਆ ਆਈ ਹੈ, ਔਰ ਉਸ ਤੋਂ ਬਾਅਦ ਠੱਪਾ ਲੱਗ ਚੁੱਕਾ ਹੈ। ਜਦੋਂ ਵੀ ਅਸੀਂ ਜਾਂਦੇ ਹਾਂ ਕਹਿੰਦੇ ਹਾਂ ਕਿ ਕਮਰਿਆਂ ਦੇ ਪੈਸੇ ਪਾਓ, ਕਹਿੰਦੇ ਨੇ ਰਜਿਸਟਰੀ ਚਾਹੀਦੀ ਹੈ। ਅਸੀਂ ਇਸ ਪ੍ਰਸ਼ਾਸਨ ਤੋਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਜਿਹੜੀ ਗੱਲ ਜਦੋਂ ਕਮਰਿਆਂ ਦੀ ਪਾਸਿੰਗ ਹੋਈ ਸੀ, ਫਾਰਮ ਭਰੇ ਗਏ ਸੀ, ਸਰਵਾ ਹੋਇਆ ਸੀ, ਉਸ ਸਮੇਂ ਸਾਡੇ ਕੋਲ ਰਜਿਸਟਰੀ ਦੀ ਮੰਗ ਕਿਉਂ ਨਹੀਂ ਕੀਤੀ ਗਈ? ਅਸੀਂ ਇਸ ਰਜਿਸਟਰੀ ਦੀ ਜਿਹੜੀ ਸ਼ਰਤ ਨੂੰ ਢਿੱਲ ਦੇ ਵਜੋਂ ਮੰਗ ਕਰਦੇ ਹੋਏ ਨਾਮਨਜ਼ੂਰ
ਇਹਨਾਂ ਵੱਲੋਂ ਕਰਦੇ ਹਾਂ ਕਿ ਇਸ ਨੂੰ ਜੋ ਰਜਿਸਟਰੀ ਨੂੰ ਨਾ ਮਨਜ਼ੂਰ ਕੀਤਾ ਜਾਵੇ ਔਰ ਸਿੱਧੇ ਪੈਸੇ ਸਾਡੇ ਖਾਤਿਆਂ ਦੇ ਵਿੱਚ ਪਏ ਜਾਣ। ਰਜਿਸਟਰੀ ਅੱਜ ਤੱਕ ਨਾ 100 ਸਾਲ ਦੀ ਹੋਈ ਹੈ, ਨਾ ਹੋਣੀ ਹੈ, ਨਾ ਲੀਲ ਲਾਲ ਲਕੀਰ ਦੇ ਵਿੱਚ ਰਜਿਸਟਰੀ ਕਿਸੇ ਦੀ ਬਣਦੀ ਹੈ ਅਤੇ ਨਾ ਹੀ ਬਣਨੀ ਹੈ ਜੀ। ਹੁਣ ਸਾਡੀ ਮੰਗ ਕੀ ਹੈ, ਕੀ ਕਹਿਣਾ ਚਾਹੁੰਦੇ ਹੋ? ਹੁਣ ਸਾਡੀ ਮੰਗ ਇਹ ਹੈ ਕਿ ਜਿਹੜੀ ਰਜਿਸਟਰੀ ਦੀ ਜਿਹੜੀ ਗੱਲ ਨੂੰ ਰੱਦ ਕਰਕੇ ਜਿਹੜੇ ਸਾਡੇ ਖਾਤਿਆਂ ਦੇ ਨਾਲ ਬਿੱਲ ਲੱਗੇ ਹਨ ਉਹਨਾਂ ਬਿਜਲੀ ਦੇ ਬਿੱਲਾਂ ਦੇ ਆਧਾਰ 'ਤੇ ਹੀ ਸਾਨੂੰ ਜਿਹੜੇ ਪੈਸੇ ਪਾਏ ਜਾਣ। ਸਭ ਤੋਂ ਉੱਤਮ ਗੱਲ ਇਹ ਹੁੰਦੀ ਹੈ ਕਿ ਜਿਸ ਘਰ ਦੇ ਵਿੱਚ ਬੰਦਾ ਵੱਸ ਰਿਹਾ ਉਸ ਵਿੱਚ ਮੀਟਰ ਲੱਗਾ ਅਤੇ ਮੀਟਰ ਤੋਂ ਵੱਡੀ ਰਜਿਸਟਰੀ ਹੋਰ ਕੋਈ ਨਹੀਂ ਹੋ ਸਕਦੀ। ਜੇਕਰ ਤੁਹਾਡੀ ਇਸ ਗੱਲ 'ਤੇ ਕੋਈ ਸਰਕਾਰ ਜਾਂ ਪ੍ਰਸ਼ਾਸਨ ਨਹੀਂ ਪਹਿਰਾ ਦੇਊਗਾ ਜਾਂ ਤੁਹਾਡੇ ਪੈਸੇ ਨਹੀਂ ਪਾਏ ਜਾਣਗੇ, ਫਿਰ ਤੁਹਾਡਾ ਕਿਸ ਤਰ੍ਹਾਂ ਦਾ ਐਕਸ਼ਨ ਹੋਊਗਾ? ਅਸੀਂ ਸ਼ੁੱਕਰਵਾਰ ਤੋਂ ਡੀਸੀ ਦਫ਼ਤਰ ਜਾ ਕੇ ਆਪਣਾ ਮੰਗ ਪੱਤਰ ਦੇਣ ਦੀ ਗੱਲ ਅੱਜ ਮਿਥੀ ਹੈ। ਜੇਕਰ ਸ਼ੁੱਕਰਵਾਰ ਤੋਂ ਬਾਅਦ ਡੀਸੀ ਸਾਹਿਬ ਨੂੰ ਜੋ ਅਸੀਂ ਸਮਾਂ ਦੇਵਾਂਗੇ ਉਸਦੇ ਤਹਿਤ ਜੇਕਰ ਕੋਈ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ, ਸਾਡੇ ਪੈਸੇ ਨਹੀਂ ਪਾਏ ਜਾਂਦੇ, ਇਸ ਨੂੰ ਅਸੀਂ ਮੁਹਿੰਮ ਨੂੰ ਇਸ ਸੰਘਰਸ਼ ਨੂੰ ਵੱਡੇ ਪੱਧਰ 'ਤੇ ਤੋਰਦੇ ਹੋਏ ਜਾਂ ਤਾਂ ਕੋਈ ਰਾਜ ਮਾਰਗ ਬੰਦ ਕਰਾਂਗੇ ਔਰ ਜਾਂ ਫਿਰ ਡੀਸੀ ਸਾਹਿਬ ਦੇ ਦਫ਼ਤਰ ਦਾ ਘਿਰਾਓ ਕਰਾਂਗੇ ਜਿਸ ਦੇ ਨਾਲ ਸਾਡੀਆਂ ਇਹ ਮੰਗਾਂ ਮਨਜ਼ੂਰ ਕੀਤੀਆਂ ਜਾ ਸਕਣ। ਜੀ ਸਾਹਿਬ, ਇੱਕ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਗਰੀਬਾਂ ਨੂੰ ਪੈਸੇ ਦੇਣੇ ਸੀ ਜੋ ਕਿ ਮਮਦੋਟ ਨਗਰ ਪੰਚਾਇਤ ਦੇ ਵਿੱਚ 500 ਘਰਾਂ ਨੂੰ ਅਲੋਟ ਹੋਏ ਸੀ, ਪਰ ਹਜੇ ਤੱਕ ਕੋਈ 50-60 ਘਰਾਂ ਨੇ ਮਿਲੇ ਨੇ। 400 ਤੋਂ ਵਧੇਰੇ ਘਰ ਐਵੇਂ ਦੇ ਨੇ ਜਿਹੜੇ ਆਪਦੇ ਘਰ ਵੀ ਢਾਹ ਕੇ ਨੀਹਾਂ ਭਰ ਕੇ ਬੈਠੇ ਨੇ, ਇਸ ਉਡੀਕ 'ਚ ਵੀ ਪੈਸੇ ਆਉਣਗੇ, ਕਦੋਂ ਤੱਕ ਲੋਕਾਂ ਨੂੰ ਮਿਲਣ ਦੀ ਉਮੀਦ ਹੈ? ਇਹ ਨਗਰ ਪੰਚਾਇਤ ਮਮਦੋਟ ਨਾਲ ਜਿਹੜਾ ਇਹ ਮਾਮਲਾ ਤਲਕ ਰੱਖਦਾ ਹੈ, ਉਹ ਕਾਰਜਕਾਰੀ ਅਫਸਰ ਨੂੰ ਅਸੀਂ ਹਦਾਇਤ ਕੀਤੀ ਹੈ ਕਿ ਜੋ ਵੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਅਸੀਂ ਉਹਨਾਂ ਕੋਲੋਂ ਉਹਨਾਂ ਦਾ ਰਿਕਾਰਡ ਵੀ ਚੈੱਕ ਕਰਨ ਦੇ ਲਈ ਟੀਮ ਬਣਾਈ ਹੈ ਅਤੇ ਸਾਨੂੰ 2 ਦਿਨ ਦੇ ਵਿੱਚ ਰਿਪੋਰਟ ਕਰਨਗੇ। ਅਗਰ ਕੋਈ ਵੀ ਇਸ ਤਰ੍ਹਾਂ ਦੀ ਕੋਈ ਸਮੱਸਿਆ ਆਏਗੀ ਉਹ ਤੁਰੰਤ ਹੀ ਰਿਜ਼ੋਲਵ ਕਰਵਾਈ ਜਾਏਗੀ। ਪਰ ਇਹ ਦੇਖਣ ਨੂੰ ਸਰਦੀਆਂ ਦਾ ਮੌਸਮ ਹੈ, ਵੀ ਪ੍ਰਸ਼ਾਸਨ ਵੱਲੋਂ ਕਿੰਨੀ ਕੁ ਜਲਦੀ ਇਹਨਾਂ ਨੂੰ ਇਹ ਜਿਹੜੇ ਮਕਾਨਾਂ ਦੇ ਪੈਸੇ ਮਿਲ ਸਕਦੇ ਜਾਂ ਸਰਕਾਰ ਵੱਲੋਂ ਆਈ ਮਦਦ ਕਿੰਨੀ ਤੱਕ ਲੋਕਾਂ ਤੱਕ ਪਹੁੰਚ ਸਕਦੀ ਹੈ? ਉਹ ਅਸੀਂ ਦੇਖ ਰਹੇ ਹਾਂ ਕਿ ਕੀ ਸਮੱਸਿਆ ਕੀ ਆ ਰਹੀ, ਜੇਕਰ ਕੋਈ ਤਕਨੀਕੀ ਸਮੱਸਿਆ ਹੋਏਗੀ ਉਹਨੂੰ ਜਲਦ ਜਲਦ ਹੱਲ ਕਰਵਾਇਆ ਜਾਏਗਾ, ਅਗਰ ਕੋਈ ਸਰਕਾਰ ਪੱਧਰ ਦੀ ਸਮੱਸਿਆ ਹੋਏਗੀ ਤਾਂ ਉੱਚ ਅਧਿਕਾਰੀਆਂ ਨੇ ਜਲਦੀ ਧਿਆਨ 'ਚ ਲਿਆ ਕੇ ਅਤੇ ਜਲਦ ਤੋਂ ਜਲਦ ਜਿਹੜਾ ਇਹਦਾ ਵਾਜਬ ਹੱਲ ਹੈ ਕਰਨ ਦੀ ਕੋਸ਼ਿਸ਼ ਕੀਤੀ।